ਅੰਮ੍ਰਿਤਸਰ ਵਿਖੇ ਪੁਲਿਸ ਕਰਮੀਆਂ ਵੱਲੋਂ ਨਾਕਾਬੰਦੀ ਦੌਰਾਨ ਨੌਜਵਾਨਾਂ ਨੂੰ ਰੋਕਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਰੁਕਦੇ ਹੀ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਹੀ ਨਹੀਂ ਨੌਜਵਾਨਾਂ ਵੱਲੋਂ ਸ਼ਰਿਆਮ ਪੁਲਿਸ ਕਰਮੀਆਂ ਨੂੰ ਪੁਲਿਸ ਦੇ ਆਲਾ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਸਾਰੇ ਦੇਸ਼ ਵਿੱਚ ਪੰਜਾਬ ਪੁਲਿਸ ਦਾ ਡਰ ਲੋਕਾਂ ਦੇ ਮਨ ਵਿੱਚ ਹੈ, ਪਰ ਪੰਜਾਬ ਪੁਲਿਸ ਦੇ ਜਵਾਨ ਦੀ ਹਾਲਤ ਕਿੱਦਾਂ ਦੀ ਹੈ ਇਹ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਸ਼ਰਿਆਮ ਕੁਝ ਨੌਜਵਾਨ ਪੰਜਾਬ ਪੁਲਿਸ ਦੇ ਇੱਕ ASI ਅਤੇ ਕਾਂਸਟੇਬਲ ਨੂੰ ਗਾਲਾਂ ਕੱਢ ਰਹੇ ਹਨ। ਗਾਲਾਂ ਵੀ ਅਜਿਹੀਆਂ ਜੋ ਅਸੀਂ ਤੁਹਾਨੂੰ ਸੁਣਾ ਵੀ ਨਹੀਂ ਸਕਦੇ। ਦਰਅਸਲ ਘਟਨਾ ਅੰਮ੍ਰਿਤਸਰ ਦੇ ਮਕਬੂਲਪੁਰਾ ਰੋਡ ਦੀ ਹੈ, ਜਿੱਥੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਪੁਲਿਸ ਨੇ 4 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਨੌਜਵਾਨਾਂ ਨੇ ਪੁਲਿਸ ਨੂੰ ਕਿਹਾ ਕਿ ਤੁਹਾਡੀ ਹਿੰਮਤ ਕਿੱਦਾਂ ਹੋਈ ਸਾਨੂੰ ਰੋਕਣ ਦੀ, ਅਤੇ ਪੁਲਿਸ ਕਮਿਸ਼ਨਰ ਅਤੇ ਗੁਰਜੀਤ ਔਜਲਾ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਦਕਿ ਪੰਜਾਬ ਪੁਲਿਸ ਦੇ ਜਵਾਨ ਚੁੱਪ ਚਾਪ ਰਹੇ। ਮਸਲਾ ਜੀ, ਸਾਡੀ ਅਲਫਾ 1 ਡਿਊਟੀ ਲੱਗੀ ਸੀ, ਉੱਥੇ ਜਿਹੜੇ ਰੋਂਗ ਸਾਈਡ ਆਉਂਦੇ ਸੀ ਉੱਥੇ ਐਕਸੀਡੈਂਟ ਹੋਣ ਦਾ ਖਤਰਾ ਸੀ। ਅਸੀਂ ਉਹਨਾਂ ਨੂੰ ਕਹਿੰਦੇ ਵੀ ਸਿੱਧੇ ਰਸਤੇ ਜਾਓ ਜੀ, ਅਤੇ ਉਹਨੂੰ ਬਾਅਦ 'ਚ 4 ਜਵਾਨ ਆਏ ਨੇ ਜੀ, ਉੱਧਰੋਂ ਰੋਂਗ ਸਾਈਡ ਹੀ ਆਏ ਆ, ਸ਼ਰਾਬ ਪੀਤੀ ਸੀ ਇਹਨਾਂ ਨੇ ਅਤੇ ਸਾਨੂੰ ਗਾਲੀ ਗਲੋਚ ਕਰਨ ਲੱਗ ਪਏ। ਤੁਸੀਂ ਕਿਹਦੇ ਹੁਕਮ ਨਾਲ ਖੜ੍ਹੇ ਜੇ ਇੱਥੇ? ਜਿਵੇਂ ਆਪਾਂ CP ਸਾਹਿਬ ਦੇ ਹੁਕਮ ਨਾਲ, SP ਡਰਾਈਵਰ ਸਾਹਿਬ ਦੇ ਹੁਕਮ ਨਾਲ ਖੜ੍ਹੇ ਹਾਂ ਜੀ, ਸਾਡੀ ਡਿਊਟੀ ਲੱਗੀ ਆ ਜੀ, ਆਪਾਂ ਆਪਣੀ ਡਿਊਟੀ ਨਿਭਾ ਰਹੇ ਹਾਂ ਜੀ, ਅਤੇ ਇਹਨਾਂ ਨੇ ਮੁੜ ਕੇ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਫਿਰ ਸਾਡਾ ਪਬਲਿਕ ਨੇ ਵੀ ਪੂਰਾ ਸਾਥ ਦਿੱਤਾ ਜੀ, ਇਹ ਗਲਤ ਨੇ ਬੰਦੇ ਜੀ, ਅਤੇ ਬੰਦਾ ਵੀ ਮੈਂ ਕੌਂਸਲਰ ਹਾਂ, ਕੌਂਸਲਰ ਦਾ ਬੇਟਾ ਵਾਂ ਜਾਂ ਕਿਸ ਤਰ੍ਹਾਂ ਲਾ ਲਓ, ਇਹਨਾਂ ਨੇ ਮਤਲਬ ਕਾਫੀ ਗਾਲੀ ਗਲੋਚ ਕੀਤਾ ਸਾਨੂੰ। ਕਿਹਦੇ ਸਪੋਰਟਰ ਬਣਦੇ ਪਏ ਸੀ, ਕੌਣ ਕਹਿੰਦੇ ਵੀ ਕਿਹਦਾ ਨਾਂ ਲੈਣ ਦੇ ਸੀ ਆਪਾਂ ਇਹਨਾਂ ਨੂੰ ਬੁਲਾਵਾਂਗੇ? ਵੀਡੀਓ ਵਿੱਚ ਔਜਲਾ ਸਾਹਿਬ ਦਾ ਨਾਂ ਲੈਂਦੇ ਵੀ ਕੋਈ ਗੱਲ ਨਹੀਂ, ਉਹ ਵਿੱਚੋਂ ਪਬਲਿਕ ਕਾਫੀ ਇਕੱਠੀ ਸੀ ਜੀ, ਹੁਣ ਪਤਾ ਨਹੀਂ ਇਹਨਾਂ ਕਿਹਾ ਕਿ ਨਾ ਕਿਸ ਤਰ੍ਹਾਂ ਗੱਲ ਹੋਈ ਸੀ। ਕੀ ਮਸਲਾ ਹੈ ਸਰ? ਮਸਲਾ ਇਹੋ ਸਰ, ਅਸੀਂ ਆਪਣੀ ਡਿਊਟੀ 'ਤੇ ਖਲੋਤੇ ਸੀਗੇ, ਇਹ ਰੋਂਗ ਸਾਈਡ ਆ ਰਹੇ ਸੀਗੇ, 4 ਜਣੇ ਅਸੀਂ ਐਕਟਿਵਾ ਦੇ ਉੱਤੇ ਆ ਰਹੇ ਸੀਗੇ, ਇਹਨਾਂ ਨੂੰ ਅਸੀਂ ਰੋਕਿਆ ਗਿਆ, ਟੱਕਿਆ ਗਿਆ ਵੀ ਵੀਰ ਜੀ ਤੁਸੀਂ ਰੋਂਗ ਸਾਈਡ ਨਾ ਆਓ। ਅੱਗੋਂ ਸਾਨੂੰ ਕਹਿੰਦੇ ਵੀ ਤੁਸੀਂ ਕਿਹਦੇ ਹੁਕਮ ਨਾਲ ਇੱਥੇ ਖਲੋਤੇ ਸੀ? ਅਸੀਂ ਵੀ CP ਸਾਹਿਬ ਦੇ ਹੁਕਮ ਨਾਲ ਖਲੋਤੇ ਹਾਂ, ਸਾਡੀ ਇੱਥੇ ਡਿਊਟੀ ਲਾਈ CP ਸਾਹਿਬ ਨੇ ਵੀ ਜਿਹੜੇ ਗਲਤ ਰੋਂਗ ਸਾਈਡ ਆ ਉਹਨਾਂ ਨੇ ਟੱਕਿਆ ਜਾਓ, ਗਾੜੀਆਂ ਦੇ ਵੀ ਸਾਡਾ ਏਰੀਆ ਵਾ, ਤੁਸੀਂ ਇੱਥੇ ਕਿਉਂ ਖਲੋਤੇ ਜੀ? ਅਤੇ ਗਾੜੀਆਂ ਦੇ ਵੀ ਅਸੀਂ ਮੈਂ ਕੌਂਸਲਰ ਹਾਂ ਇੱਥੋਂ ਦਾ, ਤੁਸੀਂ ਸਾਡੇ ਹੁਕਮ ਨਾਲ ਇੱਥੇ ਖਲੋਣਾ ਵਾ, ਠੀਕ ਹੈ ਕਿ ਨਹੀਂ? ਗਾਲਾਂ ਕੱਢੀਆਂ ਬੜੀਆਂ ਗੰਦੀਆਂ, ਬਹੁਤ ਗੰਦੀਆਂ ਗਾਲਾਂ ਕੱਢੀਆਂ, ਅਸੀਂ ਦੱਸ ਨਹੀਂ ਸਕਦੇ ਅਫਸਰਾਂ ਨੂੰ ਵੀ ਅਤੇ ਸਾਨੂੰ ਵਿੱਚ ਗਾਲਾਂ ਬਹੁਤ ਕੱਢੀਆਂ ਨੇ। ਦੂਜੇ ਪਾਸੇ ਪੁਲਿਸ ਨੇ ਵੀਡੀਓ ਵਾਇਰਲ ਹੁੰਦੇ ਹੀ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਡੇ SI ਅਤੇ ਭੁਪਿੰਦਰ ਸਿੰਘ ਅਤੇ ਰੋਸ਼ਨ ਸਿੰਘ, ਇਹਨਾਂ ਦਾ ਸਜ਼ਾ ਉੱਥੇ ਜਿਹੜਾ ਟ੍ਰੈਫਿਕ ਨੂੰ ਜਿਹੜਾ ਸਹੀ ਤਰੀਕੇ ਨਾਲ ਚਲਾਉਣ ਲਈ ਇਹਨਾਂ ਦੇ ਇੱਥੇ ਲਗਾਇਆ ਸੀ ਨਾਕਾ ਅਲਫਾ 1 ਦੇ ਸਾਹਮਣੇ। ਉੱਥੋਂ ਕੁਛ ਲੋਕ ਕਾਫੀ, ਤੁਸੀਂ ਦੇਖਿਆ ਹੋਣਾ, ਉਹ ਜਦੋਂ ਨਿਕਲਦੇ ਨੇ ਰੋਂਗ ਸਾਈਡ ਆ ਜਾਂਦੇ ਨੇ ਅਤੇ ਉਹ ਫਿਰ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈਗਾ, ਅਤੇ ਇਹਨਾਂ ਨੇ ਰੋਕਿਆ ਲੋਕਾਂ ਨੂੰ, ਕਿਹਾ ਵੀ ਤੁਸੀਂ ਪਰਲੇ ਪਾਸੇ ਜਾਓ ਜਾਂ ਲੈਫਟ ਸਾਈਡ ਜਾਓ, ਅਤੇ ਉਹ ਕੁਛ 4 ਬੰਦੇ ਸੀਗੇ ਜਿਹੜੇ ਉਹਨਾਂ ਦੇ ਗਲ ਪੈ ਗਏ ਇਹਨਾਂ ਦੇ, ਉਹਨਾਂ ਨੇ ਜਦੋਂ ਇਹਨਾਂ ਨੇ ਸਮਝਾਇਆ ਪਰ ਉਹ ਕੁਛ ਮੰਨਣ ਨੂੰ ਤਿਆਰ ਨਹੀਂ ਸੀ, ਉਹਨਾਂ 'ਤੇ ਗਾਲੀ ਪੈ ਗਏ ਗਾਲਾਂ, ਹੋਰ ਬੜਾ ਕੁਛ। ਔਰ ਲੋਕ ਜਦੋਂ ਕਾਫੀ ਇਕੱਠੇ ਹੋ ਗਏ, ਲੋਕਾਂ ਨੇ ਵੀ ਦੇਖਿਆ ਵੀ ਉਹਨਾਂ ਦਾ ਗਲਤ ਹੈਗਾ, ਉਹਨਾਂ ਨੇ ਸਰ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਨਾ ਉਹ ਕਹਿੰਦੇ ਵੀ ਸਾਡਾ ਇਲਾਕਾ ਹੈਗਾ ਵਾ, ਆਪਾਂ ਉਹ ਜਿਹਾ ਸਾਨੂੰ ਬੁਲਾ ਲਾਂਗੇ, ਇਹ ਕਰਨ, ਕੋਈ ਇਸ ਤਰ੍ਹਾਂ ਦੇ ਵੀ ਕੋਈ ਰਾਜਨੀਤਿਕ ਪ੍ਰੈਸ਼ਰ ਵੀ ਪਿਆ ਵਾ? ਨਹੀਂ, ਇੱਦਾਂ ਦੀ ਕੋਈ ਨਹੀਂ ਗੱਲ ਜੇ ਕੋਈ ਆਈ, ਲੇਕਿਨ ਉਹ ਬੰਦੇ ਜਿਹੜੇ ਨਾ ਉਹਨਾਂ ਨੇ ਸ਼ਰਾਬ ਪੀਤੀ ਹੋਣ ਕਰਕੇ ਨਾ ਉਹ ਥੋੜ੍ਹਾ ਜਿਹਾ ਗਲਤ ਬੋਲਦੇ ਸੀਗੇ, ਫਿਰ ਲੋਕਾਂ ਨੇ ਸਾਥ ਦਿੱਤਾ। ਇੱਕ ਉਹਨਾਂ ਦੇ ਲੜਕਾ ਸੀ, ਉਹਨਾਂ ਬੰਦੇ ਨੇ ਰਣਜੀਤ ਸਿੰਘ, ਉਹਨੇ ਗੱਡੀ ਦਾ ਸ਼ੀਸ਼ਾ ਵੀ ਤੋੜਿਆ ਇੱਕ ਰਾਹਗਰੀ ਦਾ, ਸੋ ਇਸ ਕਰਕੇ ਉਹਨਾਂ ਨੂੰ ਮੌਕੇ 'ਤੇ ਕਾਬੂ ਕਰਕੇ ਫਿਰ ਹੋਰ ਫੋਰਸ ਗਈ, ਇੰਚਾਰਜ ਚਲੇ ਗਿਆ ਸਾਡਾ ਨਿਰਮਲ ਸਿੰਘ, ਉਹਨਾਂ ਨੇ ਜਾ ਕੇ ਉੱਥੇ ਹੋਰ ਬੁਲਾਲੇ ਜਿਹੜੀ ਫੋਰਸ ਲੋਕਾਂ ਦੇ ਨਾਲ, ਲੋਕਾਂ ਨੇ ਬਾਵੀ ਮਦਦ ਕੀਤੀ ਔਰ ਇਹਨਾਂ ਨੂੰ ਕਾਬੂ ਕਰਕੇ ਉਹਨਾਂ 'ਤੇ ਕੇਸ ਰਜਿਸਟਰ ਕੀਤਾ। 353, 186, 427, 379। ਅੰਮ੍ਰਿਤਸਰ ਤੋਂ ਹਰਜੀਤ ਕਰੇਵਾਲ ਦੀ ਰਿਪੋਰਟ।
ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99154123251।